ਜਦੋਂ ਦਾ ਖਾਤਾ ਮਾਲ ਦਾ ਇਕੱਠ ਤੇ ਜੁੜੇ ਹੋਏ ਸਰਬੱਤ ਗੁਰੂ ਕੀ ਸੰਗਤ ਜੀ ਗੁਰੂ ਕੀ ਫਤਿਹ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਅਪਮਾਨ ਜਿਹੜਾ ਰੁਕਣ ਦਾ ਨਾਂ ਵੀ ਲੈ ਗਿਆ ਤੇ ਅੱਜ ਵੀ ਜਾਰੀ ਹੈ ਇਸ ਕਾਰਨ ਕਰਕੇ ਤੁਹਾਡਾ ਠਾਠਾ ਮਾਲ ਦਾ ਇਕੱਠ ਅੱਜ ਸਮੁੱਚਾ ਸਿੱਖ ਜਗਤ ਭਾਈਚਾਰਾ ਆਪਾਂ ਇੱਕ ਥਾਂ ਤੇ ਇਕੱਠੇ ਹੋਏ ਹੈ ਬਹੁਤਾ ਟਾਈਮ ਵਿਚਾਰਾਂ ਦਾ ਨਹੀਂ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜੇ ਸਿਰ ਜੋੜ ਕੇ ਨਾ ਬੈਠੇ ਜੇ ਆਪੋ ਆਪਣੀਆਂ ਡਬਰੀਆਂ ਵੱਖੋ ਵੱਖਰੀਆਂ ਵਜਾਉਂਦੇ ਰਹੇ ਆਉਣ ਵਾਲਾ ਸਮਾਂ ਜਿਹੜਾ ਉਹ ਬੜਾ ਖਤਰਨਾਕ ਹੋਵੇਗਾ ਮੈਂ ਸਿੱਖ ਜਗਤ ਦੇ ਪ੍ਰਚਾਰਕਾਂ ਨੂੰ ਜਿੰਨੇ ਮਹਾਂਪੁਰਖ ਇੱਥੇ ਸਟੇਜ ਤੇ ਸੁਭਾਇਮਾਨ ਨੇ ਮੈਂ ਉਹਨਾਂ ਸਾਰਿਆਂ ਨੂੰ ਕੋਈ ਬੇਨਤੀ ਕਰਨੀ ਚਾਹੁੰਦਾ ਵੀ ਜਿੰਨੇ ਪ੍ਰਚਾਰਕ ਆਪਾਂ ਕਹਾਉਂਦੇ ਹਾਂ ਸਾਨੂੰ ਸਾਰਿਆਂ ਨੂੰ ਲਾਮ ਬੰਦ ਹੋ ਕੇ ਗੁਰੂ ਨਾਨਕ ਦਾ ਸੰਦੇਸ਼ ਘਰ ਘਰ ਤੱਕ ਪਹੁੰਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਪਹਿਲਾਂ ਇਕੱਠੇ ਹੋਣ ਦੀ ਸਮੇਂ ਦੀ ਲੋੜ ਹੈ ਔਰ ਰਲ ਮਿਲ ਕੇ ਆ ਨਿੱਕੇ ਨਿੱਕੇ ਗਿਰੇ ਛਿਕਵੇ ਧਰੇ ਬਾਜ਼ੀਆਂ ਤੋਂ ਉੱਠ ਕੇ ਰਲ ਮਿਲ ਕੇ ਗੁਰਸਿੱਖੀ ਦਾ ਪ੍ਰਚਾਰ ਕਰੀਏ ਜਿਹੜੇ ਮਨਮਤ ਦੇ ਹਾਣ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਵਾਲੀਆਂ ਘਟਨਾਵਾਂ ਹੋ ਰਹੀਆਂ ਨੇ ਉਹਨੂੰ ਠੱਲ ਪਾਈ ਜਾ ਸਕੇ ਔਰ ਸਾਨੂੰ ਸਾਰਿਆਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਔਰ ਜਿੰਨੇ ਆਇਓ ਇੱਕ ਇੱਕ ਸਿੱਖ ਨੂੰ ਵੀ ਅਸੀਂ ਗੁਰੂ ਦੇ ਨਾਲ ਜੋੜੀਏ ਆ ਕਬਰਾਂ ਤੇ ਮਰੀਆਂ ਤੇ ਆ ਰੱਬੀ ਪਖੰਡੀ ਸਾਧਾਂ ਦਾ ਟੋਲਾ ਸਭ ਪੰਜਾਬ ਚੋਂ ਖਤਮ ਹੋ ਜਾਵੇਗਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਅੱਜ ਦਾ ਇਹ ਮਹਾਨ ਇਕੱਠ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਦੇਸ਼ਾਂ ਵਿਦੇਸ਼ਾਂ ਦੀਆਂ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਦੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਟੈਲੀਫੋਨ ਤੇ ਦੱਸਿਆ ਗਿਆ ਵੀ ਸਾਡੀ ਹਾਜ਼ਰੀ ਵੀ ਲਵਾਇਓ ਬਾਬਾ ਗੁਰਜੰਤ ਸਿੰਘ ਸਾਹਿਬ ਦੀ ਮੰਡਲੀ ਵਾਲੇ ਸਤਿਕਾਰਯੋਗ ਬਾਬਾ ਹਰੀ ਸਿੰਘ ਜੀ ਰੰਧਾਵਾ ਹੋਰ ਸਾਰੇ ਜਿੰਨੇ ਮਹਾਂਪੁਰਖ ਹੈ ਸਾਰੇ ਰਲ ਮਿਲ ਕੇ ਹਮਲਾ ਮਾਰੀਏ ਕੌਮ ਦੀ ਚੜ੍ਹਦੀ ਕਲਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਜੇ ਕਾਇਮ ਰਿਹਾ ਤੇ ਸਾਡੀ ਜ਼ਿੰਦਗੀ ਹੈ ਜੇ ਗੁਰੂ ਦਾ ਸਤਿਕਾਰ ਨਾ ਰਿਹਾ ਤੇ ਕੀ ਸਾਡੀ ਜ਼ਿੰਦਗੀ ਹੈ ਸਾਰੇ ਲਾਮ ਬੰਦ ਹੋਈਏ ਗੁਰੂ ਰਹਿਮ ਕਰੇ ਪੁਰਖ ਦੀ ਕਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ